ਸਾਰੀ ਇਸ ਤਾਂ ਕਰਕੇ ਇਕੱਠੇ ਹੋਏ ਸਾਡਾ ਨਾਲ ਅਤੇ ਰੇਹੜੀ ਮਾਰਕੀਟ ਧਰਨਾ ਮਾਰਿਆ ਜੀ। ਸਾਡੀਆਂ ਰੇਹੜੀਆਂ ਚੁੱਕ ਕੇ ਇਹਨਾਂ ਨੇ ਬਾਹਰ ਸੁੱਟ ਦੀਆਂ, ਰਾਤੀ ਅਸੀਂ ਰੇਹੜੀਆਂ ਰੱਖ ਕੇ ਗਏ ਸੀ ਕੱਲ੍ਹ ਸ਼ਾਮੀ ਅਤੇ ਸਵੇਰੇ ਉੱਠ ਕੇ ਅਸੀਂ ਆ ਕੇ ਵੇਖਿਆ ਸਾਡੀਆਂ ਰੇਹੜੀਆਂ ਟੁੱਟੀਆਂ ਪਈਆਂ ਸੀ। ਬਾਹਰ ਕਿੰਨੇ ਛਿੱਟੀਆਂ ਇਹਨਾਂ ਰੇਹੜੀ ਗਲੀ ਇਹਨਾਂ ਨੇ ਇਹਨਾਂ ਨੇ ਸਾਰੇ ਦੁਕਾਨਦਾਰਾਂ ਨੇ ਉਹ ਕਹਿੰਦੇ ਅਸੀਂ ਨਹੀਂ ਲਾਣ ਦੇਣੀਆਂ ਜੀ ਇੱਥੇ। ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਵਾਰਨਿੰਗ ਦਿੱਤੀ? ਕੋਈ ਵਾਰਨਿੰਗ ਨਹੀਂ ਦਿੱਤੀ, ਕੋਈ ਕੁਛ ਨਹੀਂ ਕਿਹਾ, ਸਿੱਧੀ ਸਾਡੀਆਂ ਰੇਹੜੀਆਂ ਚੁੱਕ ਕੇ ਬਾਹਰ ਸੁੱਟ ਦੀਆਂ। ਮੇਰਾ ਨਾਮ ਮਨੋਜ ਕੁਮਾਰ ਹੈ, ਮੈਂ ਇੱਥੇ ਜਾਮ ਦੀ ਰੇਹੜੀ ਲਗਾਉਂਦਾ ਹਾਂ। ਇੱਥੇ ਠਾਠਵਾੜ ਵਾਲਾ ਮੋਂਦੂ ਹੈਗਾ, ਜਿਹਨੇ ਸ਼ਰੇਆਮ ਕਿਹਾ ਵਾ ਕਹਿੰਦਾ ਮੈਂ ਤੇਰੇ ਗੋਲੀ ਮਾਰਨੀ ਆ। ਮੈਂ ਕਰੇ ਵਾਸਤੇ ਮੈਂ ਅਸੀਂ ਭੁੱਖੇ ਮਰਨ ਦੇ, ਇਸ ਕਰਕੇ ਗੋਲੀ ਮਾਰਦੇ ਸਾਡੇ ਤੋਂ। 10 ਦਿਨ ਹੋ ਗਏ ਅਸੀਂ ਘਰ ਬੈਠੇ ਹਾਂ, ਅਸੀਂ ਆਪਣੀ ਰੇਹੜੀ ਲਾਈਆਂ ਵਾ, ਇਹਨੇ ਕੁੰਡ ਚੁੱਕੇ 10 ਜਣਿਆਂ ਨੇ ਮੇਰੇ ਤੋਂ ਸੁੱਟਿਆ, ਮੇਰੇ ਮੋਢੇ 60 ਵਜੀ ਸਵੇਰੇ, ਠੀਕ ਹੈ ਜੀ। ਸ਼ਰੇਆਮ ਇਹਨਾਂ ਨੇ ਕਿਹਾ ਕਹਿੰਦਾ ਤੁਹਾਡੇ ਨੰਗੇ ਕਰਕੇ ਤੁਹਾਨੂੰ 50 ਸੌ ਕਹਿੰਦਾ ਮਾਰਕੀਟ 'ਚੋਂ। ਇਹ ਮੋਨੂ ਠਾਠਵਾੜ ਵਾਲਾ ਇਹ ਸਾਰਾ ਬਣਵਾ ਬਣਾ ਜੀ, ਦੂਜੀ ਗੋਲੀ ਮੈਂ ਸ਼ਰੇਆਮ ਕਿਹਾ ਸਾਰੀ ਮਾਰਕੀਟ 50 ਜਣੇ ਕਹਿੰਦਾ ਤੇਰੇ ਗੋਲੀ ਮਾਰਨੀ ਅਸੀਂ। ਮੈਂ ਕਿਹਾ ਤੂੰ ਮਾਰਦੇ ਹੈ ਭੁੱਖੀ ਮੰਗ ਭਾਜੀ ਸਾਡੀ ਇਹੀ ਆ, ਸਾਨੂੰ ਕੰਮ ਕਰਨ ਦਿੱਤਾ ਜਾਵੇ ਇੱਥੇ, ਅਸੀਂ 12 ਦਿਨ ਹੋ ਗਏ ਘਰ ਬੈਠੇ ਹਾਂ, ਸਾਡੇ ਨਾਲ ਇਨਸਾਫ ਕੀਤਾ ਜਾਵੇ। ਅਸੀਂ ਕਿੱਥੇ ਚੱਲੀਏ ਉਸ ਕੰਮ ਕਰਨ? ਅਸੀਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ, ਅਸੀਂ ਇੱਥੇ ਕੰਮ ਨਹੀਂ ਕਰਾਂਗੇ, ਕਿੱਥੇ ਕਰਾਂਗੇ ਜਗਰ ਸੋਦੀ? ਪਿਛਲੇ 5-7 ਸਾਲ ਤੋਂ ਇੱਥੇ ਮਾਰਕੀਟ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ। ਇਸ ਮਾਰਕੀਟ ਦੇ ਵਿੱਚ ਰੇਹੜੀਆਂ ਨੇ ਬਹੁਤ ਆਤੰਕ ਮਚਾਇਆ ਹੈ, ਨਿੱਤ ਆਏ ਦਿਨ ਗੋਲੀ ਚੱਲਦੀ ਆ, ਨਿੱਤ ਆਏ ਦਿਨ ਕੋਈ ਘਟਨਾਵਾਂ ਹੁੰਦੀਆਂ, ਜਿਸ ਤੋਂ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਸੀ। 1 ਰੇਹੜੀ ਲੱਗੀ, 1 ਤੋਂ 2 ਲੱਗੀਆਂ, 2 ਤੋਂ 10 ਕਰਦੇ ਕਰਦੇ ਇੱਥੇ 100 ਤੋਂ ਰੇਹੜੀ ਲੱਗ ਗਈ, ਅਤੇ ਇੱਥੇ ਕੂੜਾ ਇੰਨਾ ਕਰਕਟ ਇੰਨਾ ਇੱਥੇ ਲੰਘਣਾ ਮੁਸ਼ਕਲ ਹੋ ਗਿਆ, ਫੈਮਿਲੀ ਕਸਟਮਰ ਕੋਈ ਆ ਨਹੀਂ ਸੀ ਰਿਹਾ, ਜਿਹਦੇ ਕਰਕੇ ਅਸੀਂ ਸਾਰਿਆਂ ਨੇ ਏਕਤਾ ਕਰਕੇ ਮਾਰਕੀਟ ਦੇ ਵਿੱਚ ਅਸੀਂ ਕਾਰਪੋਰੇਸ਼ਨ ਨੂੰ ਕੰਪਲੇਂਟਾਂ ਦਿੱਤੀਆਂ। ਉਸ ਤੋਂ ਬਾਅਦ MLA ਨੂੰ ਕਿਹਾ, ਜਦੋਂ MLA ਨੇ 1 ਵਾਰੀ ਸਾਰੀਆਂ ਰੇਹੜੀਆਂ ਚੁਕਵਾਤੀਆਂ, ਉਸ ਤੋਂ 3-4 ਦਿਨ ਬਾਅਦ ਪਤਾ ਨਹੀਂ ਕਿੱਦਾਂ ਦੇ ਇਹੋ ਜਿਹੇ ਹਾਲਾਤ ਹੋਏ ਕਿ ਰਾਤ ਜਦੋਂ ਸਾਨੂੰ ਲੱਗਦਾ ਸੀ ਕਿ ਫਿਰ ਬਦਮਾਸ਼ੀ ਕਰ ਸਕਦੇ ਆ, ਉਹਨਾਂ ਨੇ ਕੀ ਕੀਤਾ ਕਿ ਰਾਤ ਇੱਥੇ 12 ਵਜੇ ਰੇਹੜੀਆਂ ਲਗਾ ਕੇ ਲਗਾਤੀਆਂ, ਜਦਕਿ ਉਸ ਤੋਂ ਪਹਿਲੇ ਦਿਨ ਜਿਸ ਦਿਨ ਇਹ ਰੇਹੜੀਆਂ ਚੁੱਕ ਕੇ ਖੜੀਆਂ, ਅਸੀਂ ਇੱਥੇ ਸੈਨੀਟਾਈਜੇਸ਼ਨ ਕਰਵਾਈ, ਕੂੜਾ ਕਰਕਟ ਬਹੁਤ ਜ਼ਿਆਦਾ ਸੀ ਅਸੀਂ ਉਹ ਚੁਕਵਾਇਆ, ਅਸੀਂ ਫੁੱਲ ਬੂਟੇ ਖੁਦ ਲਗਵਾਏ, ਅਸੀਂ ਗ੍ਰੀਨ ਬੈਲਟ ਨੂੰ ਆਪਾਂ ਮੇਨਟੇਨ ਕਰ ਲਈ, ਆਪੇ ਸਾਰੇ ਯਤਨ ਕੀਤੇ, ਪਰ ਇਹਨਾਂ ਨੇ ਰਾਤ ਬਦਮਾਸ਼ੀ ਕੀਤੀ, ਫੁੱਲ ਬੂਟੇ ਤੋੜ ਕੇ, ਠੀਕ ਹੈ ਜੀ, ਰਾਤ 12 ਵਜੇ ਫਿਰ ਰੇਹੜੀਆਂ ਲਾ ਗਏ, ਹੁਣ ਇਹਨਾਂ ਨੇ ਆਹ ਕੰਮ ਕੀਤਾ, ਜਿਹਦੇ ਤੋਂ ਮਜਬੂਰ ਹੋ ਕੇ ਸਾਨੂੰ ਫਿਰ ਧਰਨਾ ਲਗਾਉਣਾ ਪਿਆ। ਜਿਹੜੀ ਮਾਰਕੀਟ ਹੈ ਇਹ ਚਾਹੁੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇਹੜੀ ਨਾ ਲੱਗੇ, ਠੀਕ ਹੈ, ਠੀਕ ਆ। ਰੇਹੜੀਆਂ ਵਾਲੇ ਕੁਛ ਇਸ ਚੀਜ਼ 'ਤੇ ਕਰ ਰਹੇ ਹੈਗੇ, ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇਹੜੀਆਂ ਲਾਈਆਂ, ਥੋੜ੍ਹਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ। ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਕਿ ਉਹ ਜੇ ਉਹਨਾਂ ਨੇ ਆਰਥੋਰਾਜ ਰੇਹੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਬੁਝਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਲਓ। ਦੇਖੋ ਮੇਰੇ ਨੋਟਿਸ 'ਚ ਇਹੋ ਜਿਹੀ ਅਜੇ ਤੱਕ ਕੋਈ ਗੱਲ ਨਹੀਂ, ਮੈਂ ਕਿਹਾ ਸਾਰਾ ਇਹ ਸਾਰਾ ਤਫਤੀਸ਼ ਦਾ ਵਿਸ਼ਾ, ਗੱਲਬਾਤ ਜਾਂਚ ਦਾ ਵਿਸ਼ਾ, ਵੇਖਾਂਗੇ। ਦੇਖੋ ਅਜੇ ਤੱਕ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਮੈਂ ਮੌਕੇ 'ਤੇ ਹਾਂ, ਜਿਹੜਾ ਜਾਮ ਹੈ ਦੋਵਾਂ ਧਿਰਾਂ ਨੂੰ ਸਮਝਾ ਕੇ ਉਠਾ ਦਿੱਤਾ ਗਿਆ, ਹੁਣ ਗੱਲਬਾਤ ਹੋ ਰਹੀ ਆ, ਗੱਲਬਾਤ ਕਰਾਂਗੇ, ਦੋਵਾਂ ਧਿਰਾਂ ਦੇ ਵਿਵਾਦ ਜਿਹੜਾ ਦੂਰ ਕਰਾਵਾਂਗੇ।